अस्सलाम वालेकुम लो जी, तुसीं देख रहे पंजाबी चैनल, तुहाडे सारे दा लाइक करने, चैनल सबसक्राइब करने का बहुत शुक्रिया। लो जी, बड़िया बड़िया मुबारक, ट्रंपू साडा आ गया ते ट्रंपू साडा छा गया, और जित गया जे ट्रंपू, और ट्रंप तेरी राती कोई नहीं जांदा, ट्रंप तेरे जान सार होए बेशुमार बेशुमार। कल राती बाबा जी ने ट्रंप नूं फोन कीता, फोन करके उन्हें कहा कि ट्रंप घबराना नहीं, असं तेरे नाल खलोते हैं। ट्रंपू जिवें असी खां दे नाल खलोते हैं, ट्रंपू उवें असी तेरे भी नाल खड़े हैं। घबराने की कोई गल नहीं, तू भी अलमे बगावत चुकया अपनी स्टैबलिशमेंट के खिलाफ, हाँ तो असी भी तेरे नाल खलोते हैं जिवें खां ने चुकया सी इत्थे। और वैसे ट्रंपू ने सारे स्लोगन खां वाले यूज किए ने, हकीकी आजादी, खड़े रहना, जाना नहीं, हाँ इलेक्शन जीत गया, हाँ बढ़िया बढ़िया मुबारक असी नाल खलोते हैं जनाब। तो सारी रात ਇਹ ਮੀਰ ਸ਼ਕੀਲ ਦਾ ਜਿਹੜਾ ਚੱਕਲਾ ਨਹੀਂ ਗਾ ਜਿਹੜਾ ਕੰਜਰਖਾਨਾ ਸਾਰੀ ਰਾਤ ਇਹਨੇ ਚਲਾਇਆ, ਹਾਂ ਕਿ ਜੀ ਉਹ ਟਰੰਪ ਹਾਰ ਗਿਆ, ਟਰੰਪ ਖਤਮ ਹੋ ਗਿਆ, ਕਹਾਣੀ ਖਤਮ। ਉਹ ਜਿਹੜੀ ਫਰੀਦਾ ਚੁੰਮੀ ਇਹਨਾਂ ਦੀ, ਹਾਂ ਉਹ ਨਿਕਲ ਕੇ ਆਈ ਚੁੰਮੀ ਵਾਲੇ ਦਾ ਮੁੱਲ ਲੈ ਕੇ, ਹਾਂ ਉਹ ਕਹਿੰਦੀ ਰਹੀ ਹੈ ਸਾਰੀ ਰਾਤ, ਹਾਂ ਕਿ ਪੈਂਦੀ ਹੈ ਬਰਸਾਤ ਨਹੀਂ, ਕੰਮ ਤਾਂ ਉਹ ਵਾਲਾ ਹੈ, ਲੇਕਿਨ ਉਹਨੂੰ ਰਾਤ ਕੋਈ ਹੋਰ ਕੰਮ 'ਤੇ ਲਾਇਆ ਸੀ ਉਹਨਾਂ ਨੇ, ਕਿ ਵੀ ਸਾਰਿਆਂ ਨੂੰ ਦੱਸਣਾ ਕਿ ਵੀ ਟਰੰਪ ਖਤਮ ਸ਼ੁੱਧ। ਕਹਾਣੀ ਮੁੱਕ ਗਈ, ਹਾਂ ਉਹ ਕਮਲੀ ਜਿੱਤ ਗਈ ਹੈ, ਕਮਲੀ ਯਾਰ ਦੀ ਕਮਲੀ, ਕਮਲਾ ਹਾਰਸ, ਹਾਂ ਉਹ ਜੀ ਉਹ ਜਿੱਤ ਰਹੀ ਹੈ, ਉਹ ਬਣ ਰਹੀ ਹੈ। ਸਾਰੀ ਰਾਤ ਹੈ ਜੀ ਉਹ ਚੱਕਰਾ ਜਿਹੜਾ ਚੈਨਲ ਅਮੀਰ ਸ਼ਕੀਲ ਦਾ, ਹਾਂ ਸਾਰੀ ਰਾਤ ਕਰਦਾ ਰਿਹਾ, ਰੰਗ ਬਿਰੰਗੇ ਕੰਜਰ ਆ ਕੇ ਬੈਠੇ ਉੱਤੇ, ਬੈਠਦੇ ਨੇ ਜਿੰਨੇ ਕੰਜਰ, ਸਾਰੀ ਕੰਜਰ ਰੱਖੇ ਨੇ ਇਹਨੇ ਭਰਤੀ ਕੀਤੇ ਨੇ, ਉਹ ਆ ਕੇ ਬਹਿ ਕੇ ਤੋਂ ਆਪਣੇ ਤਜ਼ੀਏ ਦੇ ਕੇ ਹਰਵਾ ਕੇ, ਸਵੇਰੇ ਹੀ ਉਹਨਾਂ ਦੇ ਮੂੰਹ 'ਤੇ ਜਿਹੜੀ ਚੰਡ ਪਈ ਹੈ, ਰਿਜ਼ਲਟ ਦੇਖ ਕੇ ਕਿ ਟਰੰਪ ਜਿੱਤ ਗਿਆ, ਹਾਂ ਤੁਹਾਡੀ ਭੈਣ ਦੀ ਸਿਰੀ ਹੋ ਗਈ, ਕੱਲ ਕਿਉਂ ਨੂੰ ਭਾਂਡਾ ਤੁਹਾਡੀ ਅਸੀਂ ਦਿੱਤਾ ਜੀ, ਜਿੱਤ ਗਿਆ ਅਗਲਾ, ਹਾਂ ਔਰ ਫਿਰ ਹੁਣ ਨਾਲ ਹੀ ਟਿਊਨ ਬਦਲ ਕੇ ਕਹਿ ਰਹੇ ਨੇ, ਆਹ ਜੀ ਕੋਈ ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਂਦਾ, ਉਹਨਾਂ ਦੀ ਲੋਕਲ ਪਾਲਿਟਿਕਸ, ਉਹ ਆਪਣੀ ਪੋਲੀਟਿਕਸ ਦੇਖਦੇ ਨੇ, ਹਾਂ ਉਹਨਾਂ ਦਾ ਕੋਈ ਅਮਲ ਦਖਲ ਨਹੀਂ ਹੋਣਾ ਪਾਕਿਸਤਾਨ, ਜੋ ਕੁਛ ਵੀ ਹੋ ਰਿਹਾ ਹੁੰਦਾ ਰਹੇ, ਜੋ ਜ਼ੁਲਮ-ਸਤਮ ਹੋ ਰਿਹਾ ਹੁੰਦਾ ਰਹੇ, ਇਹਦੇ 'ਚ ਕੋਈ ਹਿਸਾਬ ਕਿਤਾਬ ਨਹੀਂ ਹੈ, ਕੋਈ ਇਹ ਸਾਰੇ ਦੇ ਸਾਰੇ ਝੂਠ। ਹਾਂ ਜਿੰਨੇ ਵੀ ਦੂਜੇ ਵੀ ਤੱਜੀਆਂ ਨਿਗਾਰ ਬਣ ਕੇ ਤੁਹਾਡੇ ਆ ਸਾਹਮਣੇ ਆ ਕੇ ਕਹਿੰਦੇ ਨੇ ਨਾ ਕਿ ਲੈ ਜੀ ਇਤਨਾ ਤਾਂ ਫਰਕ ਨਹੀਂ ਪੈਂਦਾ, ਹਾਂਜੀ ਉਹ ਜਿੱਤ ਗਿਆ ਉਹਨਾਂ ਦੀ ਆਪਣੀ ਪੋਲੀਟਿਕਸ 'ਤੇ, ਸਾਡੀ ਸਾਡਾ ਆਪਣਾ ਕੰਜਰ ਖਾਨਾ ਛਿੜਕ, ਇਹ ਸਭ ਝੂਠ ਬਕਵਾਸ। ਉਹ ਬਈ ਅਗਰ ਇਹ ਗੱਲ ਹੈ ਤਾਂ ਫਿਰ ਇਹਨਾਂ ਰੰਡੀ ਰਹਿਣਾ ਤੁਸੀਂ ਕਿਉਂ ਪਾਇਆ, ਟਰੰਪ ਦੇ ਖਿਲਾਫ ਇੰਨਾ ਰੰਡੀ ਰਹਿਣਾ ਕਿਉਂ? ਉਹ ਬਾਈਡਨ ਜਿਹੜਾ ਤੁਹਾਡਾ ਪਿਓ, ਉਹ ਹੈਂਡੀਕੈਪ, ਹਾਂ ਉਹ ਸਿਆਸੀ ਮੌਤ ਮਰ ਗਿਆ ਰਾਤੀ, ਉਹ ਤਾਂ ਪਹਿਲੇ ਮਰ ਗਿਆ ਸੀ, ਹਾਂ ਫਿਰ ਉਹ ਅੱਬੂ ਸੀ ਅਤੇ ਅੰਮੀ ਜਿਹੜੀ ਇਹਨਾਂ ਦੀ ਕਮਲੀ ਜੀ, ਹਾਂ ਇਹਦੇ ਪਿੱਛੇ ਚੜ ਗਏ, ਹਾਂ ਕਿਉਂਕਿ ਉੱਥੇ ਦੀ ਸਟੈਬਲਿਸ਼ਮੈਂਟ, ਜਿਵੇਂ ਤੁਹਾਨੂੰ ਪਤਾ ਕਿ ਇੱਥੇ ਦੀ ਸਟੈਬਲਿਸ਼ਮੈਂਟ ਨਾ ਸਾਡੀ, ਉਹ ਇਹੀ ਦੇਖਦੀ ਹੈ ਕਿ ਯਾਰ ਕੋਈ ਅਖੀਰ ਕਿਸਮ ਦਾ ਕੋਈ ਝੁੱਲੂ ਜਿਹਾ ਬੰਦਾ ਲਿਆਓ, ਹਾਂ ਉਹਨੂੰ ਬਿਠਾਓ, ਪਾਗਲ ਜਿਹਾ, ਨੀਮ ਪਾਗਲ ਜਿਹਾ ਨਹੀਂ ਸਦਾਈ ਆਦਮੀ, ਹਾਂ ਉਹਨੂੰ ਬਿਠਾਓ, ਉਹਨੂੰ ਅੱਗੇ ਰੱਖੋ, ਪਿੱਛੋਂ ਤਾਂ ਸਾਰਾ ਕੰਮ ਅਸੀਂ ਕਰਨਾ। ਅਤੇ ਉਵੇਂ ਹੀ ਉਹਨਾਂ ਬਾਈਡਨ ਵੀ ਉਂਝ ਸੀ ਹੈਂਡੀਕੈਪ ਵਾਲਾ ਕਿ ਬਾਈਡਨ ਕੋਈ ਆਪਣਾ ਉਹਦਾ ਕੋਈ ਦਿਮਾਗ ਹੈ ਹੀ ਨਹੀਂ, ਉਹ ਤਾਂ ਵੈਸੇ ਉਹਦੇ ਦਿਮਾਗ 'ਤੇ ਭੂਸਾ ਵੀ ਨਹੀਂ ਗਾ, ਪਿੱਛੇ ਬੈਠੇ ਉਹ ਚਲਾ ਰਹੇ ਹੁੰਦੇ। ਐਵੇਂ ਪਾਕਿਸਤਾਨ ਦੇ ਵਿੱਚ ਵੀ ਸਾਰਾ ਕੋਈ ਹਿਸਾਬ, ਸਾਰੀਆਂ ਸਟੈਬਲਿਸ਼ਮੈਂਟਾਂ ਐਂ ਜੀ ਝੁੱਲੂ ਬੰਦਾ, ਉਹ ਹੀ ਇਹਨਾਂ ਨੇ ਲੱਭੀ ਕਿ ਯਾਰ ਕਮਲੀ ਨਹੀਂ ਜਿਹੜੀ, ਵੈਸੇ ਵੀ ਕਮਲੀ ਜਿਹੀ ਹੈ, ਹਾਂ ਇਹਨੂੰ ਸਾਹਮਣੇ ਰੱਖ ਕੇ ਅਤੇ ਇਹਨੂੰ ਚਲਾਓ, ਹਾਂ ਜਿਵੇਂ ਇੱਥੇ ਮਾਈ ਤੰਦੂਰਾ ਨਹੀਂ ਚਲਾਈ ਇਹਨਾਂ ਨੇ, ਦਿਮਾਗੀ ਤੌਰ 'ਤੇ ਫਾਰਗ ਹੈ ਬਿਲਕੁਲ, ਖਤਮ ਸ਼ੁੱਧ ਕਹਾਣੀ ਉਹਦੀ ਕੋਈ ਹੈ ਹੀ ਨਹੀਂ, ਹਾਂ ਅਤੇ ਉਹਨਾਂ ਨੇ ਮਾਈ ਅੱਗੇ ਰੱਖੀ ਹੈ, ਉਹਨੂੰ ਇੰਨੀ ਕੁ ਇਜਾਜ਼ਤ ਦਿੱਤੀ ਹੈ ਕਿ ਵੀ ਤੂੰ ਆਪਣੀਆਂ ਟਿਕਟੋਕਾਂ ਬਣਾ ਲਿਆ ਕਰ ਚਾਰ, ਹਾਂ ਧਮਾਲ ਪਾਇਆ ਕਰ ਬਸ। ਉਵੇਂ ਉਹ ਕਮਲੀ ਸੀ ਉੱਥੇ, ਕਿਉਂ ਕਮਲੀ, ਲੇਕਿਨ ਉਹ ਫਿਰ ਆਵਾਮ ਨਿਕਲੀ ਉੱਥੇ ਦੀ, ਗੈਰਤਮੰਦ ਆਵਾਮ ਹੈ, ਹਾਂ ਉਹ ਪਾਕਿਸਤਾਨ ਵਰਗੀ ਥੋੜ੍ਹੀ ਹੈ, ਭੇਡ ਬੱਕਰੀਆਂ, ਕੀੜੇ ਮਕੌੜੇ, ਹਸ਼ਰਾਤੁਲਰਜ਼, ਪੰਜੀ ਕਰੋੜ ਹਸ਼ਰਾਤੁਲਰਜ਼ ਨਹੀਂ, ਉਹ ਨਿਕਲੇ ਜਨਾਬ, ਉਹਨਾਂ ਨੇ ਟਰੰਪ ਜਿਤਵਾ ਦਿੱਤਾ, ਬੱਲੇ 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 ਕਰਵਾ ਕੇ ਰੱਖ ਛੱਡੀ ਅਗਲਿਆਂ ਨੇ, ਹਾਂ ਜਿਵੇਂ ਹੀ ਉਹ ਜਿੱਤਿਆ ਉੱਥੇ ਟਰੰਪ, ਅਤੇ ਇੱਧਰ ਮਾਈ ਨੂੰ ਪਿੱਸੂ ਪਏ ਨੇ ਸਭ ਤੋਂ ਪਹਿਲੇ, ਹਾਂ ਮਾਈ ਹੋਈ, ਮਾਈ ਤੰਦੂਰ ਵਾਲੀ, ਜਿੰਨ ਵਾਲੀ, ਟਿੱਕੀਆਂ ਵਾਲੀ, ਮਾਈ ਕਤਰੀ ਕਬਾਬਾਂ ਵਾਲੀ, ਮਾਈ ਗੈਰ, ਮਾਈ ਦੇ ਨਾਮ ਬਹੁਤ ਹੋ ਗਏ ਨੇ ਯਾਰ, ਮੈਨੂੰ ਯਾਦ ਹੀ ਨਹੀਂ ਰਹਿੰਦੇ, ਆਏ ਦਿਨ ਇੱਕ ਨਵਾਂ ਨਾਮ ਮਾਈ ਜਿਹੜਾ ਨਾ, ਉਹ ਮਾਈ ਹੁਣ ਰੰਡੀ ਰੋਣੇ ਵਾਲੀ, ਉਸ ਮਾਈ ਨੂੰ ਹੁਣ ਪਿੱਸੂ ਪਏ ਨੇ, ਹਾਂ ਉਹ ਮਾਈ ਜਿਹੜੀ ਉਹ ਮੁਖਾਤਬ ਹੋਈ ਹੈ, ਹਾਂ ਜਿਹਦੇ ਨਾਲ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ, ਉਹ ਕਹਿ ਰਹੀ ਹੈ ਕਿ ਬਾਈਡਨ ਦਾ ਚਿਮਟਾ ਵਜਾ ਕੇ, ਉਹਦੇ ਨਾਲ ਮੁਹੱਬਤਾਂ ਪਾ ਕੇ ਮੈਂ ਲੁੱਟੀ ਗਈ, ਹਾਫਜ਼ਾ ਵੇ ਮ
ममता ट्रंप के खिलाफ जो बकवास माई ने की है, हाँ एक माई ने तो की बकवास तो तुम सुना वा। हाँ दूजे जेडे बगैर नून लीग आए वो फटाफट ट्वीटा डिलीट कर रहे हैं ट्रंप के खिलाफ जिन्या ट्वीटा कीतिया वह भी डिलीट, बाइडन के हक जिन्या कीतिया वह भी डिलीट। हाँ और टाइम आ गया कहते जी अब्बा बदलो। हाँ एक तो इन्हों के बाऊ जी भी गए सन उत्थे अब्बा बदलने की कोशिश की उन्होंने, हाँ बदलिया नहीं गया। ट्रंप ने झंडी दिखाती रेड कि निकलो इतों, और हुण जिहड़े ने सारे जिहड़े ने और ट्वीटा डिलीट कर रहे हैं, वो जो सब तो वड्डा कंजर रस्तू तेरी। हाँ मेरे लिए तो सुनेगा एड्डा वड्डा कोई बगैरत है, एड्डा वड्डा कोई हराम ज्यादा यकीन कर। ओ भाई तू ट्वीटा कीतिया हुण खड़ा रह हराम दिया दलिया, और किसी कंजर दिया बच्चा खड़ा रह दलिया, अपनी औकात दिखा रहा है। पुरानियां कीतिया सारिया ट्वीटा डिलीट, और लेकिन सारे स्क्रीन शॉट महफूज ने, और लोग टैग कर रहे हैं डोनल्ड बगैरत ने सारे ए हराम देने। हाँ तो कोई दोबारा ए दोबारा आने तेरे बूट चट्टन गए। हाँ इन्हें तो दोबारा ट्रंप ने भी पता हाँ कि हो रहा की हिसाब किताब ला रहा ए सारे हो रहा सिस्टम। तो माई जी है उन्हें की बकवास की जी कह रही ना कि हाए मैं लुट्टी गई। हाँ और बाबा जी कह रहे हैं और माई ने कहा कि माई तो लुट्टी नहीं गई। मैं बाबा जी लुट्टी नहीं, बाबी कहते नहीं नहीं लुट्टिया काम तो बड़ा हल्का जाता, वो तो माई कई बार लुट्टी गई है। हाँ बल्कि माई लुटवादी रहती है चीज़ें। हाँ लेकिन बाबा जी कहते ऐतकी जी ना वह माई ना उही काम होया जो मियाँ साहब ना आया। मैं बाबा जी हो की बाबी फरमाते उही जद्दे वाला। मैं बाबा जी जद्दे वाला की काम सी? बाबी फरमाते यार छाड़ तू सेंसर कर देगा। मैं कहा चलो तुम माई तू सुना, माई ने की बकवास की थी जरा सुनो। जो आज हुआ वो एग्जैक्टली उसका रिपीट था जब आपने देखा कि यूनाइटेड स्टेट्स ऑफ अमेरिका में गुंडागर्दी का जो कल्चर इंट्रोड्यूस हुआ, ट्रंप जब हारा और जाते जाते उसने जिस तरह मुल्क पर हमला किया, आज आपने देखा वो उसका रिपीट था। ये जो पाकिस्तानी ट्रंप है ये भी अब जब जा रहा है तो इसने भी तो ये ए बकवास माई कर दी रही है। हाँ तो फिर माई ने कहना ही है कि हाफिजा वे गर्क हो गए माई दे। हाँ माई ने उन बकवास की और माई हूँ अमरीका भी नहीं जा सकती कि माई हूँ अमरीका कि किस की मुँह ला के जाएगी, मुँह तो यहाँ पहले ही सर्जरी वाला मेरा मतलब प्लास्टिक लगा हर जगह पर हर जगह पर प्ला बाबी कहते सारी प्लास्टिक है। मैं बाबा जी कुल कुल प्लास्टिक सफाई प्रोग्राम है। हाँ फूट चट्टन की कोशिश करेगी फिर दोबारा, लेकिन यह हम पुरानी वीडियो जीडिया ने यह ना दिया यही समझे जिमें इमरान खान ने इन्होंने लाया ना हाँ जबरदस्ती जड़िया साजिशा कीतियाँ जो षडयंत्र रचिया गया, तो यही समझे कि इमरान खान वही गया यह हूँ नहीं आता इमरान खान बस हूँ खत्म हो गई कहानी यदि उवें यही समझे कि ट्रंप गया। हाँ इस्टैबलिशमेंट इन्नी तगड़ी है हाँ ये ट्रंप नहीं वापस आता अगला आ गया वो आ गया एक सारे पकौड़े लग गए। ये हूँ पहले माई ये कहती रही है हैं तो हूँ माई की कह रही है वो भी सुन लवो। ये क्लियरली माइंड पे सब के करना चाहती हूँ डोनाल्ड ट्रंप की मैं सगी औलाद हूँ। हाय 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 माई ओ हूँ तू लेट हो गया माई हूँ नहीं तेरे चूर चलने माई कहती है सकी है अंदाजा कर लो माई कितने तिकर भी जा सकती है माई का कोई तोड़ नहीं भाजी। हाँ जिन्ना झूठ बोलो और नहीं घट है माई के बारे माई ने अबू बना लिया सका अबू माई यदि है सकी ला था बाऊ जी भी हैरान हो गए कि यार है क्या है भाई कुछ भी हो सकता है। हाँ जिथे ताकत जिथे सारा कुछ है जिथे बूट नजर आन उत्थे चटना शुरू कर देंगे। और बाबा जी फरमाते हैं कि यार वो मैं सुनया वो एक ट्रंप का साला भी लगा फिरता सी पाकिस्तान बाबा जी है ट्रंप का साला बाबा जी कहते हाँ हाँ ये टीवी तो बह के कहते कि भी मैं ट्रंप का साला वा ट्रंप का कोई लेना देना नहीं इमरान खान ना हाँ इन्हें बुलाया खास उत्तों ना बगैरत आदमी। मैं कहा बाबा जी इन्हें तुम कि जानते बाबे कहते इन भोला भोला कहते मैं प्यार ने इन भोला भी कह देना। हाँ बाबा जी मानते ने सारे इंटरव्यू दिता फिर उत्थे जाके टीवियाँ तो बह के तो बाबा जी ने कहा भी पप्पू अपना की नाँ भोले पप्पू हाँ इधर आके मैंने भी इंटरव्यू दे
ਤੇ ਬਾਬੇ ਕਹਿੰਦੇ ਉਹ ਡਰ ਗਿਆ ਮੈਂ ਬਾਬੇ ਜੀ ਕਿਉਂ ਡਰ ਗਿਆ ਬਾਬੇ ਕਹਿੰਦੇ ਬਈ ਉਹਨੂੰ ਕੋਈ ਪੁਰਾਣੀ ਕੋਈ ਚੀਜ਼ ਯਾਦ ਆ ਗਈ ਹੋਣੀ ਆ ਪੁਰਾਣਾ ਤਾਲਕ ਆ ਮੇਰਾ ਤੇ ਭੋਲੇ ਦਾ ਬਾਬੇ ਜੀ ਕਹਿੰਦੇ ਮੈਂ ਤਾਂ ਚਲਾ ਗਿਆ ਭੋਲਿਆ ਇੰਟਰਵਿਊ ਦੇ ਕੇ ਨਿਕਲਿਆ ਬਾਬੇ ਕਹਿੰਦੇ ਬਾਹਰ ਹਨੇਰਾ ਜਿਹਾ ਸੀ ਹਾਂ ਤੇ ਮੈਂ ਆਵਾਜ਼ ਦਿੱਤੀ ਭੋਲੇ ਕਹਿਣ ਲੱਗਾ ਇਹਦੇ ਬਾਬਾ ਜੀ ਦੀ ਆਵਾਜ਼ ਆ ਬਾਬਾ ਜੀ ਕੀ ਹੋਇਆ ਬਾਬੇ ਕਹਿੰਦੇ ਕੁਛ ਨੀ ਭੋਲੇ ਇੱਧਰ ਆਦਰ ਮੇਰੇ ਚਾ ਬਾਬੇ ਕਹਿੰਦੇ ਭੋਲੇ ਦੀ ਪੱਟ ਗਈ ਢੋਲਕੀ ਆਏ ਦੀ ਟਰੰਪ ਦੇ ਸਾਰੇ ਦੀ ਢੋਲਕੀ ਫਟ ਗਈ ਹਾਂ ਉਹ ਡਰ ਗਿਆ ਬਾਬੇ ਕਹਿੰਦੇ ਯਾਰ ਮੈਂ ਬਜ਼ੁਰਗ ਆਦਮੀ ਹਾਂ ਇੱਧਰ ਆ ਕੇ ਮੇਰੀ ਗੱਲ ਤਾਂ ਸੁਣ ਉਹ ਕਹਿਣ ਲੱਗੇ ਨਹੀਂ ਬਾਬਾ ਜੀ ਤੁਸੀਂ ਪੁਰਾਣੀਆਂ ਖੁਰਾਕਾਂ ਕਰਦੀਆਂ ਨੇ ਲਾਈਵ ਚੱਲ ਰਿਹਾ ਯਾਰ ਮੈਂ ਨਹੀਂ ਆਉਣਾ ਤੁਹਾਡੇ ਕੋਲ ਹਾਂ ਅਤੇ ਉਹ ਬਾਬਾ ਜੀ ਕਹਿਣ ਲੱਗੇ ਕਿ ਉਹ ਡਰ ਗਿਆ ਅਤੇ ਫਿਰ ਬਾਬਾ ਜੀ ਨੇ ਕਹਿੰਦੇ ਮੈਂ ਉਹਨੂੰ ਕਿਹਾ ਕਿ ਭੋਲੇ ਤੇਰੇ ਲਈ ਮੈਂ ਹਲਵਾ ਬਣਾ ਕੇ ਲਿਆਇਆ ਵਾਂ ਹਾਂ ਆ ਗਿਆ ਬਾਬੇ ਕਹਿੰਦੇ ਬਸ ਭੋਲਾ ਆਇਆ ਹਾਂ ਉਹਦੇ ਪਾਸ ਭੋਲਾ ਲੱਭਦਾ ਨਹੀਂ ਪਿਆ ਕਿੱਧਰ ਗਿਆ ਸਾਰੇ ਮੈਨੂੰ ਪੁੱਛ ਗਏ ਬਾਬਾ ਜੀ ਭੋਲਾ ਕਿੱਥੇ ਮੈਂ ਬਾਬਾ ਜੀ ਭੋਲਾ ਕਿੱਥੇ ਬਾਬੇ ਕਹਿੰਦੇ ਉਹ ਨਿਕਲ ਗਿਆ ਜਿੱਦਣ ਉਹ ਆਇਆ ਸੀ ਲੱਭ ਭੋਲੇ ਨਾ